हाँ जी भी जी सारा भी सत श्रीकाल जी संदीप डेयरी फार्म तुहाडा बहुत बहुत वेलकम है जी। भी जी अज अपनी विजिट हैगी पिंड सहरा डिस्ट्रिक्ट पटियाला पहले तहसील राजपुरा। इस घर तो आपां कोई 3 साल पहलों वीडियो बनाईआं सी जी। कोई व्यापार नहीं करते बाई होनी घर के पशु है जी, चंगे रिकॉर्ड वाले जी। 20-20 किलो बाइया मझां भी है जी, जिन्हां दा 15-16 किलो लगभग पहले सूए दुध किया। तो अज भी उन्होंने को इको झूठी सेल है जी, वो भी चंगे रिकॉर्ड वाली। तो आओ भीर गलबात करिए, कहिंदा प्राइस की आ मिल रिकॉर्ड आ। उस तो पहले वीर जी रिक्वेस्ट करन तों पहलों कि इत्थे आ के 2 टैनी चुआई जरूर कराए जी, पास कराए जी, पूरी तसली नहीं खरीदा जी। बार बार भी जी यही बेनती होंगी है कि चुआई करके लैके जाओ, कितों पशु लैना किसी वीडियो तो लैना तुसीं चुआई करके लैके जाया करो, तुहाडा हक बनता जी। ठीक है जी, हुण आपां बाई जी ने गलबात करिए। हाँ जी भाई, सत श्री अकाल जी। सत श्री अकाल जी। भाई जी मेरा बहुत बहुत स्वागत थोड़ा जी। हाँ जी, फिर तो एक बार फिर दूजे घर आए हैं जी। हाँ जी, हाँ जी, बिल्कुल जी, कई साल बाद हो गए जी। मैं 3 साल हो गए भाई जी। 3 साल हो गए। चलो व्यापार का ना भाई जी कर देना। व्यापार का नहीं अपना काम। चंगी मझ रखी है जी। हाँ जी, हाँ जी, बिल्कुल। तो किन्ने के लीटर भाई जी मझ हूँ इस टाइम मौजूद अपने को? ਵਿਧੀ ਆਪਣੇ ਲਵੇ 20 ਲੀਟਰ ਵਾਲੀ ਮੱਝ ਹੈਗੀ ਆ। 20 ਲੀਟਰ ਵਾਲੀ ਹੈਗੀ। ਹਾਂਜੀ ਹਾਂਜੀ, ਠੀਕ ਆ। ਤੇ ਇੱਕ ਪੈਲਣ ਦਾ 2 ਦੰਦ ਲਿਆਏ ਸੀ ਅਸੀਂ ਫ੍ਰੈਂਚ ਫਾਲਕ। ਅੱਛਾ, ਠੀਕ ਹੈ ਜੀ, ਅੰਕੁਰ ਤੋਂ। ਅੰਕੁਰ ਤੋਂ, ਠੀਕ ਹੈ ਜੀ। ਉਹਦੇ ਸਾਡੇ ਕੋਲ ਪਹਿਲੇ ਸੂਏ 2 ਦੰਦ ਨੇ 18 ਲੀਟਰ ਦੁੱਧ ਦੇ। ਠੀਕ ਹੈ, ਉਹਦੇ ਨਾਲ ਉਹਦੇ ਕੱਟਾ ਹੈਗਾ ਜੀ, ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਪਹਿਲੇ ਉਹੀ ਵੇਖੀ ਆਪਾਂ। ਹਾਂਜੀ, ਆ ਜਾਓ ਉਧਰ, ਆ ਜਾਓ ਪਹਿਲਾਂ, ਆ ਜਾਓ ਆ ਜਾਓ ਉਧਰ ਪਹਿਲਾਂ। 20 ਲੀਟਰ ਵਾਲੀ ਵਿਖਾਓ ਜੀ ਸਾਨੂੰ ਪਹਿਲਾਂ। ਇਹ ਆ ਜੀ। ਅੱਛਾ, ਇਹ 20 ਲੀਟਰ ਵਾਲੀ ਹੈ। ਇਹ ਘਰ ਦੀ ਹੈ ਜੀ ਭਾਜੀ ਆਪਣੀ? ਘਰ ਦੀ ਰੋਟੀ ਹੈ। ਇਹ ਕਿਹੜੇ ਮਾਲੀ? ਨੇੜੇ ਮਾਲੀ ਸੀਗਾ ਜੀ, ਉਹ ਮੇਲਿਆਂ ਦੇ ਲਿਜਾਂਦੇ ਸੀਗੇ। ਹਾਂਜੀ, ਉਹਦੀ ਕੱਟੀ ਹੈ ਜੀ। ਅੱਛਾ, ਉਹਦੀ ਧੀ ਹੈ ਇਹ? ਤੀਜੇ ਸੂਏ ਹੈ ਜੀ ਇਹ। ਹਾਂਜੀ, ਇਹਦੇ ਲਵੇ 20 ਲੀਟਰ ਦੁੱਧ ਹੈ ਜੀ। ਐਸਮ ਦੋਣ। ਹਾਂਜੀ, ਹਾਂਜੀ। ਅੱਛਾ, ਠੀਕ ਆ। ਤੇ ਬੜਾ ਦੁੱਧ ਹੈ ਨਾ ਭਾਜੀ? ਨਾਲ ਇਹਦੇ ਸਿਕੰਦਰ ਦੀ ਉਹ ਫਿਰ ਪੰਜਾਤੀ ਸਾਨ ਸੀ ਉਹ? ਹਾਂਜੀ, ਹਾਂਜੀ, ਆਮ ਜਿਹੀ ਬਸ ਉਹ ਲੈ ਕੇ ਜਾਂਦੇ ਸੀ ਮੇਲਿਆਂ 'ਚ, ਮਾੜਾ ਮੋਟਾ ਸ਼ੌਕ ਸੀਗਾ ਸਾਡੇ ਏਰੀਏ 'ਚ, ਜਿਹੜਾ ਸ਼ੌਕ ਵਾਲਾ ਕੰਮ ਇਹ ਵਪਾਰ ਵਾਲਾ ਇਹ ਘੱਟ ਆ ਜੀ। ਘੱਟ ਆ, ਠੀਕ ਹੈ ਜੀ। ਹਾਂਜੀ, ਹਾਂਜੀ, ਹਾਂਜੀ। ਐਡਾ ਬਾਲਾ ਉਹ ਨਹੀਂ ਕਰਿਆ ਜਾਂਦਾ ਕੋਈ ਕੋਈ ਬੰਦਾ। ਸ਼ੌਕ ਦਾ ਮਾਲ ਫਿਰ ਰਿਕਾਰਡ ਵੇਲੇ ਫਿਰ ਕਿੰਨਾ ਕੀਤਾ ਹੈ ਜੀ? ਹਾਂਜੀ, ਬਿਲਕੁਲ ਜੀ, ਵਧੀਆ ਮਾਲੀ ਸੀਗਾ ਜੀ। ਵਧੀਆ ਮਾਲੀ ਸੀ। ਤੇ ਗਾਂ ਫਿਰ ਹੁਣ ਗੱਭਣਾ ਜੀ ਕਿਵੇਂ ਹੁਣ? ਇਹ ਨਹੀਂ ਹਲੇ ਗੱਭਣ ਨਹੀਂ ਹੈਗੀ ਜੀ। ਅੱਛਾ ਜੀ, ਕੋਈ ਦਾ ਥੋੜੇ ਟਾਈਮ। ਕਿੰਨੇ ਟਾਈਮ ਹੋ ਗਏ ਭਾਜੀ ਇਹਨੂੰ? 1.5 ਮਹੀਨਾ ਹੋ ਗਿਆ ਜੀ। 1.5 ਮਹੀਨਾ ਹੋ ਗਿਆ ਜੀ। ਇਹ ਨਹੀਂ ਸੇਲ ਕਰਨੀ ਆਪਾਂ, ਇਹ ਘਰ ਦੇ ਪਸ਼ੂ ਆ। ਠੀਕ, ਤੇ ਜਿਹੜੀ ਉੱਥੋਂ ਆਈ ਸੀ ਕੈਥਲ ਤੋਂ ਜੀ? ਇਹ ਹਾਂ ਜੀ, ਇਹ ਅੰਕੁਰ ਲਵੇ ਤੋਂ ਆਈ। ਅੱਛਾ, ਅੰਕੁਰ ਤੋਂ ਫਰਾਂਸ ਵਾਲੇ ਦਾ? ਠੀਕ, ਉਹਨਾਂ ਤੋਂ ਆਈ ਸੀ ਜੀ। ਚੰਗੇ ਪਸ਼ੂ ਰੱਖਦੇ ਜੀ, ਬਹੁਤ ਸੋਹਣੇ ਸੋਹਣੇ ਪਸ਼ੂ ਦਾ। ਇਹ ਕਿੰਨਵਾਂ ਸੂਆ ਜੀ ਇਹ? ਇਹ ਪਹਿਲਾ ਨਾ ਜੀ। ਇਹ ਪਹਿਲਾ ਸੂਆ, ਇਹਨੇ ਪਹਿਲਾਂ ਨੂੰ 17 ਕਿਲੋ ਦੁੱਧ ਕੀਤਾ? ਹਾਂ ਜੀ, ਉਹਦੇ ਕੋਲ ਤੇ ਅਸੀਂ 17.5 ਤੋਲ ਕੇ ਲਿਆਏ ਜੀ। ਇਹ ਵੀ ਜੀ ਵੀਰ ਜੀ ਫਿਰ ਕਿੰਨੇ ਲੈ ਕੇ ਆਂਦੇ ਤੁਸੀਂ ਉੱਥੋਂ? ਇਹ ਅਸੀਂ ਲਿਆਏ ਸੀ ਜੀ 2.5 ਲੱਖ ਦੀ। 2.5 ਲੱਖ ਦੀ, ਪੈਸੇ ਵੀ ਬਹੁਤ ਖਰਚੇ ਜੀ। ਹਾਂ ਜੀ, ਠੀਕ। ਤੇ ਇਹਦੇ ਬੱਚਾ ਮਗਰ ਕੀ ਆਇਆ ਸੀ ਫਿਰ? ਇਹਦੇ ਕੱਟਾ ਆਇਆ ਜੀ ਮਗਰ। ਠੀਕ, ਹੁਣ ਇਸ ਟਾਈਮ ਗੱਭਣਾ ਜੀ? ਹਾਂ, ਇਸ ਟਾਈਮ ਇਹਦੇ ਟੀਕਾ ਭਰਾਇਆ ਹੋਇਆ ਜੀ, 1.5 ਮਹੀਨਾ ਹੋ ਗਿਆ ਟੀਕਾ ਭਰਾਇਆ। ਕਿਹੜਾ ਭਰਾਇਆ ਵੀ ਜੀ ਫਿਰ? ਇਹ ਕੋਹੀਨੂਰ ਦਾ ਭਰਾਇਆ ਜੀ। ਕੋਹੀਨੂਰ ਦਾ, ਲక్ష్ਮੀ ਆਣਾ ਦਾ? ਹਾਂ ਜੀ, ਹਾਂ ਜੀ। ਅੱਛਾ, ਉਹਨਾਂ ਭਰਾਇਆ ਜੀ। ਠੀਕ ਹੈ, ਠੀਕ ਹੈ। ਤੇ ਆ ਵੀਰ ਜੀ, ਇਹ ਵੀਰ ਜੀ ਅਸੀਂ ਲਿਆਏ ਸੀਗੇ ਇਹ ਆਪਣਾ ਇੱਧਰ ਆਪਣਾ ਬੈਂਸਵਾਲ ਕਲਾ। ਬੈਂਸਵਾਲ, ਬੈਂਸਵਾਲ ਕਲਾ ਮੁੰਡਾ। ਅੱਛਾ ਜੀ, ਅੱਛਾ। ਇਹ ਉਹਦੇ ਤੋਂ ਲਿਆਏ ਤੇ ਇਹ M29 ਦੀ ਕਹਿ ਕੇ ਦਈ ਹੋਈ ਹੈ ਵੀ ਚਾਹੇ ਤੁਸੀਂ DNA ਟੈਸਟ ਕਰਾ। ਅੱਛਾ, M29 ਦੀ? ਹਾਂਜੀ, ਤੇ ਪਹਿਲਾਂ ਆ ਜੀ। ਅੱਛਾ ਜੀ, ਇਹਨਾਂ ਨੂੰ ਰਹਿ ਗਿਆ 1.5 ਮਹੀਨਾ ਸੋਣ ਸੀ। ਅੱਛਾ, ਇਹਨੇ ਪਹਿਲਾਂ ਸੋਣਾ? ਪਹਿਲਾਂ ਸੂਆ ਸੋਣਾ ਜੀ ਇਹਨੇ। ਠੀਕ ਆ, ਤੇ ਫੇ ਚੰਗਾ ਚੰਗਾ ਰਿਕਾਰਡ ਸੀ ਮਾਂ ਦਾ ਜੀ? ਹਾਂਜੀ, ਮਾਂ ਇਹਦੀ ਹੈਗੀ ਸੀ 17-18 ਲੀਟਰ ਵਾਲੀ। 17-18 ਦੀ ਹੈਗੀ ਇਸ ਟਾਈਮ ਦੀ। ਅੱਛਾ, ਉਹਦੇ ਕੋਲ ਹੈਗੀ ਹੈ ਜੀ। ਕਿੰਨੇ ਲੈ ਕਹਿੰਦੇ ਸੀ ਵੀਰ ਜੀ ਫਿਰ ਇਹ? ਇਹ ਅਸੀਂ ਲਿਆਏ ਸੀਗੇ ਜੀ 85,000 ਦੀ। 85,000 ਦੀ ਕੱਟੀ ਲਿਆਈ ਸੀ ਜੀ। ਅੱਛਾ ਜੀ, ਅੱਛਾ, ਠੀਕ ਆ, ਠੀਕ ਆ, ਠੀਕ ਆ। ਚਲੋ, ਇਹਨਾਂ ਜੇ ਕੋਈ ਪਸ਼ੂ ਨਹੀਂ ਸੇਲ ਕਰਨਾ, ਸੇਲ ਕਰਨੀ ਬਸ ਉਹ ਝੋਟੀ ਕਰਨੀ। ਆ ਜਾਓ ਹੁਣ, ਉਧਰ ਆ ਜਾਓ। ਠੀਕ ਹੈ। ਤੇ ਇਹ ਵੀਰ ਜੀ ਸੂਆ ਕਿੰਨਾ ਜੀ ਇਹ? ਇਹ ਪਹਿਲਾਂ ਆ ਜੀ। ਪਹਿਲਾ ਸੂਆ? ਹਾਂ ਜੀ, ਹਾਂ ਜੀ। ਦੰਦਾਂ ਵਿੱਚ ਹੀ ਜੀ ਹੈ ਜੀ? ਦੰਦਾਂ 'ਚ ਇਹ ਚੌਗਿਆਂ 'ਚ ਤੋਂ? ਹਾਂ ਜੀ, 4 ਦੰਦ ਹੋ ਚੁੱਕੀ ਆ ਸੂਈਆਂ ਨਾਲ, ਹਨਾ ਜੀ। ਹਾਂ ਜੀ, ਹਾਂ ਜੀ। ਤੇ ਵੀਰ ਜੀ ਇਸ ਟਾਈਮ ਸਹੀ ਦੁੱਧ ਤਿਆਰ ਕਿੰਨੇ ਜੀ? ਇਹਦੇ ਥੱਲੇ ਜੀ ਇਸ ਟਾਈਮ ਸਹੀ ਦੁੱਧ ਹੋਊਗਾ ਜੀ 10 ਲੀਟਰ। 10 ਕਿਲੋ? ਹਾਂ ਜੀ। ਤੇ ਇਹਨੂੰ ਟਾਈਮ ਕਿੰਨਾ ਹੋ ਗਿਆ ਜੀ? ਟਾਈਮ ਇਹਨੂੰ ਹੋ ਗਿਆ ਜੀ 1 ਤਰੀਕ ਨੂੰ ਸੂਈ ਹੈ ਜੀ। ਅੱਛਾ, 1 ਤਰੀਕ ਨੂੰ ਸੂਈ ਆ। ਅੱਜ ਮਨੇ 10 ਦਿਨ ਹੋ ਗਏ ਪੂਰੇ। ਤੇ ਹਾਂ ਜੀ, ਚਲੋ ਵਧੂ ਹੈ, ਮੈਲੇ ਮੂਲੇ ਮਾਰਨਾ ਹੋਣਾ ਨਾ? ਹਲੇ ਮੈਲੇ ਤੇ ਨਹੀਂ ਲੱਗੀ ਹੈ ਜੀ। ਹਾਂ ਜੀ, ਹਾਂ ਜੀ, ਇਹ ਤਕਰੀਬਨ ਹੁਣ 10 ਕਿਲੋ ਦੁੱਧ ਤੇ ਹੈਗੀ ਹੈ ਜੀ। 10 ਕਿਲੋ ਦੁੱਧ ਤੇ ਹੈਗੀ ਹੈ ਜੀ। ਠੀਕ ਹੈ, ਵਧੂ ਗਿਆ ਜੇ ਹੋਰ ਕਿਲੋ ਡੇਢ ਕਿਲੋ ਵਧੂ ਜੀ। ਤੇ ਖੁਦ ਪਹਿਲੀ ਜਿਹੜੀ ਆਪਾਂ ਨੇ ਪਹਿਲੀ ਵੀਡੀਓ ਬਣਾਈ ਸੀ ਜੀ 2017 ਚ ਬਣਾਈ ਸੀ। ਹਾਂ ਜੀ, ਹਾਂ ਜੀ, ਹਾਂ ਜੀ। ਉਹ ਇਹਦੀ ਮਾਂ ਹੀ ਵੇਚੀ ਸੀ ਆਪਣੇ ਚਮਕੌਰ ਸਾਹਿਬ। ਅੱਛਾ, ਉਹ ਵੀਡੀਓ ਵਿੱਚ ਵੇਚੀ ਸੀ ਨਾ ਜੀ? ਵੀਡੀਓ 'ਚ ਇਹਦੀ ਮਾਂ ਹੀ ਵੇਚੀ ਸੀ। ਉਹ ਦੁੱਧ ਕਿੰਨਾ ਸੀ ਉਹਦੀ ਮਾਂ ਦਾ ਜੀ? ਉਹਦੇ ਮਾਂ ਦਾ ਜਿਹੜਾ ਥਾ ਜੀ 17 ਲੀਟਰ। 17 ਕਿਲੋ? ਤੀਜੇ ਸੂਏ ਵੇਚੀ ਸੀ। ਤੀਜੇ ਸੂ 17 ਕਿਲੋ ਸੀ। ਹਾਂ ਜੀ, ਇਹ ਉਹਦੀ ਧੀ ਹੈ ਨਾ ਜੀ? ਇਹ ਉਹਦੀ ਧੀ। ਤੇ ਇਹ ਆਪ ਕਿਹੜੇ ਮਾਲੀ ਪਤਾ ਜੀ? ਇਹ ਜੀ ਹਸਾਰ ਬਵਾਇਨ ਵਾਲੇ ਜਿਹੜੇ ਹਸਾਰ ਸੀਮਨ ਬਵਾਇਨ। ਅੱਛਾ, ਉਹਨਾਂ ਸੀਮਨ ਦੇ ਜਦੋਂ ਜ਼ਿਆਦਾ ਆਪਾਂ ਨੂੰ ਜਦੋਂ ਇੰਨੀ ਨੌਲੇਜ ਨਹੀਂ ਸੀਗੀ ਸੀਮਨ ਦੀ। ਹਾਂਜੀ, ਹਾਂਜੀ, ਟਾਈਮ ਵੀ ਬਹੁਤ ਹੋ ਗਿਆ ਜੀ। ਜਦੋਂ ਉਦਾਂ ਮੈਨੂੰ ਪਤਾ ਸੀਗਾ ਮੈਂ ਸੀਮਨ ਜਿੱਦਾਂ ਰੱਖੇ ਹੋਏ ਨੇ। ਹਾਂਜੀ, ਹਾਂਜੀ, ਇਦਾਂ ਮੈਂ ਰੱਖਦਾ ਸੀਗਾ। ਸ਼ੌਂਕ ਹੈਗਾ ਵੈਸੇ ਤੁਹਾਨੂੰ? ਹਾਂਜੀ, ਹਾਂਜੀ, ਸ਼ੌਂਕ ਹੈਗਾ, ਪਰ ਇਹ ਏਰੀਏ 'ਚ ਐਡਾ ਡਿਵੈਲਪ ਨਹੀਂ ਹੋ ਸਕਦਾ ਬੰਦਾ ਇਹ ਚੀਜ਼ 'ਚ। ਮੈਂ ਕਰਕੇ ਦੇਖ ਲਿਆ, ਪਰ ਹੁਣ ਵੈਸੇ ਭਾਜੀ ਹਰਿਆਣਾ ਤੁਹਾਡੇ ਤੋਂ ਕਿੰਨੇ ਦੂਰ ਹੋ? ਹਰਿਆਣਾ ਦਾ ਸਾਡੇ ਤੋਂ ਜੀ ਅੰਬਾਲਾ ਸਾਡੇ ਤੋਂ 30-35 ਕਿਲੋਮੀਟਰ ਹੈ ਜੀ। ਅੰਬਾਲਾ ਹੈ ਜੀ? ਹਾਂਜੀ, ਹਾਂਜੀ।
ਠੀਕ ਹੈ ਪਰ ਇਨੀ ਬੈਲਟ ਹੈ ਇਧਰ ਤੁਹਾਡਾ ਇਲਾਕਾ ਹੈ ਨਾ ਜੀ ਫਤਿਹਗੜ੍ਹ ਸਾਹਿਬ ਪਟਿਆਲਾ ਏਰੀਆ ਸਾਡੇ ਵਾਲੇ ਪਾਸੇ ਵਪਾਰ ਵਾਲਾ ਸਿਸਟਮ ਤਾਂ ਜਮਾ ਹੀ ਨਹੀਂ ਹੈ ਵਿੱਚ ਤਾਂ ਲੋਕਾਂ ਕੋਲ ਮੱਝਾਂ ਵੀ ਨਹੀਂ ਹੈਗੇ ਜੀ ਅੱਛਾ ਠੀਕ ਹੈ ਮੱਝਾਂ ਦੋਏ ਸਿਸਟਮਾਂ ਜੱਟਾਂ ਦਾ ਵੀ ਜੀ ਹਾਂ ਬੜਾ ਖੇਤੀ ਖੇਤੀ ਵਾਲ ਧਿਆਨ ਵਾਲਾ ਖੇਤੀ ਵੱਲ ਜ਼ਿਆਦਾ ਧਿਆਨ ਖੇਤੀ ਵਾਲ ਵਾਲਾ ਧਿਆਨ ਹਾਂ ਜੀ ਮੱਝਾਂ ਵਾਲੇ ਪਾਸੇ ਘੱਟ ਆ ਬਿਲਕੁਲ ਬਿਲਕੁਲ ਠੀਕ 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 ਚਲੋ ਇਹਨੂੰ ਖੋਲੀ ਵੀ ਜੀ ਫਿਰ ਆਪਾਂ ਖੋਲੋ ਜੀ ਫਿਰ ਦਿਖਾਈਏ ਇਹਦੇ ਥੱਲੇ ਉਹ ਆਪਣਾ ਦਾਰੇ ਦਾ ਕੱਟ ਅੱਛਾ ਦਾਰੇ ਆ ਕੱਟਾ ਆ ਗਿਆ ਜੀ ਹੁਣ ਸਟੋਰ ਹੈਗਾ ਇਹਦਾ ਠੀਕ ਹੈ ਜੀ ਲਿਖਿਆ ਵਾ ਬਗੈਰਾ ਆਪਣਾ ਕਾਪੀ ਦੇ ਵੀ ਕਿਹੜੇ ਤੋਂ ਉਹ ਤਾਂ ਦੋ ਸਟਰਾਈ ਦਸੀ ਜਾਂਦੇ ਸੀ ਐ ਰਵੜ ਚੜਾਈ ਹੋਈ ਪੂਰੀ ਰੱਖਿਆ ਹੋਇਆ ਸੀ ਚਲੋ ਖੋਲੋ ਜੀ ਮਾੜਾ ਜੀ ਦਿਖਾਓ ਅੱਛਾ ਐਂ ਖੋਲ ਦੇਣੀ ਬਸ ਐਂ ਖੋਲ ਲੈਣੇ ਜੀ ਕੱਟਾ ਤੋੜ ਲੇਗਾ ਠੀਕ ਤੋੜ ਲਓ ਆ ਦੇਖੋ ਜੀ ਸੋਹਣੀ ਝੋਟੀ ਹੈ ਜੀ ਤੇ ਆ ਦੇਖੋ ਵੱਡੀ ਝੋਟੀ ਪੂਰੀ ਜੀ ਸਾਰ ਬੋਇਨ ਦੀ ਝੋਟੀ ਹੈ ਤੇ ਬੜਾ ਲੇਵਾ ਸਾਫ ਹੈ ਜੀ ਆ ਦੇਖੋ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਤੋੜ ਲਓ ਜੀ ਦੇਖੋ ਜੀ ਠੀਕ ਹੈ ਜੀ ਐਂ ਡਰਦੀ ਡੁਰਦੀਆਂ ਨਹੀਂ ਹੈ ਜੀ ਐਂ ਬਸ ਹਾਂ ਜੀ ਥੋੜਾ ਕਰਦੀਆਂ ਨੇ ਉੱਪਰੇ ਬੰਦੇ ਨੂੰ ਜ਼ਿਆਦਾ ਨਹੀਂ ਕਰੋ ਠੀਕ ਹੈ ਭਾਜੀ ਠੀਕ ਹੈ ਆ ਦੇਖੋ ਜੀ ਆ ਦੇਖੋ ਠੀਕ ਹੈ ਬਸ ਆ ਜਾਓ ਜੀ ਆ ਜਾਓ ਲਿਆਓ ਫੜ ਲਓ ਕੱਟਾ ਫੜ ਲਓ ਬੱਚਾ ਫੜ ਲਓ ਚੁਆਈ ਠੀਕ ਹੈ ਭਾਜੀ ਬਿਲਕੁਲ ਜੀ ਚੁਆਈ ਠੀਕ ਹੈ ਬਿਲਕੁਲ ਬਿਲਕੁਲ ਬੋਲੀ ਹੈ ਜੀ ਠੀਕ ਹੈ ਫੜਾ ਦਿਓ ਬੱਚੇ ਕੋਈ ਫੜਾ ਦਿਓ ਉਹਨਾਂ ਨੂੰ ਫੜਾ ਦਿਓ ਲੈ ਚਲੋ ਜੀ ਉੱਥੇ ਦੁੱਧ ਪੀਂਦਾ ਦੁੱਧ ਪੂਰਾ ਪੀਂਦਾ ਰੋਕ ਲਓ ਜੀ ਦੇਖੋ ਆ ਦੇਖੋ ਜੀ ਠੀਕ ਹੈ ਆ ਜਾਓ ਭਾਜੀ ਅੱਗੇ ਜਾਓ ਬੰਦ ਹੋ ਕੋਈ ਨੀ ਬੰਦ ਹੋ ਇੱਥੇ ਬੰਦ ਹੋ ਬੰਦ ਤੇ ਭਾਜੀ ਫਿਰ ਇਹਦੀ ਫਿਰ ਕੀਮਤ ਜੀ ਕੀਮਤ ਵੀ ਜੀ 70,000 ਸੱਤਰ ਹਜ਼ਾਰ ਰੁਪਏ ਜੀ ਕੀਮਤ ਬਿਲਕੁਲ ਜਾਇਜ਼ ਤੁਹਾਡੇ ਝੋਟੀ ਚੰਗੇ ਰਿਕਾਰਡ ਵਾਲੀ ਵੀਰ ਜੀ ਉਹਦੇ ਵਿੱਚ ਤੁਹਾਡਾ ਮਾਨ ਤਾਂ ਜ਼ਰੂਰ ਕਰਨਗੇ ਚੰਗੇ ਰਿਕਾਰਡ ਵਾਲੀ ਝੋਟੀ ਜੀ ਉੱਥੇ ਬੰਦ ਵੀਰ ਜੀ ਆ ਬੰਦ ਉੱਥੇ ਬੰਦ ਬੰਦ ਆ ਦੇਖੋ ਜੀ ਦੇਖੋ ਬੰਦ ਬਸ ਠੀਕ ਹੈ ਜੀ ਵੀਰ ਜੀ ਤੇ ਵੀਰ ਜੀ ਫਿਰ ਖੁਰਾਕ ਉਹ ਫਿਰ ਆਪਦੀ ਬਣਾਉਂਦੇ ਆ ਹਾਂ ਜੀ ਆਪ ਹੀ ਬਣਾਉਂਦੇ ਜੀ ਖੁਰਾਕ ਵਾਲਾ ਸਿਸਟਮ ਸਾਡਾ ਇਹ ਲੇਟੀ ਪਾਉਂਦੇ ਆ ਇੱਕ ਟਾਈਮ ਅੱਛਾ ਲੇਟੀ ਪਾਣੀ ਪਾਣੇ ਆ ਪਾਣੀ ਪਾਉਂਦੇ ਜੀ ਠੀਕ ਹੈ ਇਹਦੇ ਕਰਕੇ ਪਾਉਣੀ ਹੈ ਜੀ ਹਾਂ ਜੀ ਆਪਣੇ ਚੁੱਲ੍ਹੇ ਜਿਹੜਾ ਘਰੇ ਵਰਤਦੇ ਆ ਚੁੱਲ੍ਹੇ ਸਾਡੇ ਹੈਗਾ ਸਿਸਟਮ ਅੱਛਾ ਠੀਕ ਠੀਕ ਆ ਹਾਂ ਜੀ ਚੁੱਲ੍ਹੇ ਸਵੇਰੇ ਅਸੀਂ ਲੇਟੀ ਕਰਕੇ ਪਾਉਂਦੇ ਆ ਠੀਕ ਹੈ ਜੀ ਹਾਂ ਜੀ ਠੀਕ ਠੀਕ ਜਿਹੜਾ ਸਾਡੇ ਦੁੱਧ ਵਾਲੇ ਡੰਗਰ ਉਹਨਾਂ ਨੂੰ ਲੇਟੀ ਅਸੀਂ ਪਰਮਾਨੈਂਟ ਪਾਉਣੀ ਹੋਵੇ ਪਾਣੀ ਪਾਣੀ ਪਰਮਾਨੈਂਟ ਦੁੱਧ ਦੇਣਾ ਜੀ ਅੱਛਾ ਜੀ ਹਾਂ ਬਿਲਕੁਲ ਜੀ ਪਰ ਗੱਬੜੇ ਹੋਏ ਤਾਂ ਵੀ ਪਾਈ ਜਾਣੀ ਆ ਕੋਈ ਕੋਈ ਚੱਕਰ ਨਹੀਂ ਕਦੇ ਵਹਿਮ ਨਹੀਂ ਕਰਿਆ ਜੀ ਅਸੀਂ ਅੱਛਾ ਜੀ ਇੱਕ ਟਾਈਮ ਖੜ ਪਾਉਂਦੇ ਜਿਹੜੀ 20 ਕਿਲੋ ਵਾਲੀ ਮੱਝ ਆ ਉਹਨੂੰ ਫਿਰ ਕਿਹੜੀ ਕਿਹੜੀ ਚੀਜ਼ ਪਾਉਂਦੇ ਜੀ ਉਹਨੂੰ ਬਸ ਇਹ ਲੇਟੀ ਪਾਉਂਦੇ ਆ ਜੀ ਉਹ ਪਈ ਆ ਸਾਡੇ ਬਣੀ ਅੱਛਾ ਲੇਟੀ ਪਈ ਆ ਠੀਕ ਆ ਹਾਂਜੀ ਹਾਂਜੀ ਤੇ ਇੱਕ ਟਾਈਮ ਖੜ ਪਾਉਂਦੇ ਆ ਤੇ ਜਿਹੜਾ ਬਣੋਲਾ ਖੜ ਹੈ ਬੁੜੇਵੇਂ ਵਾਲੇ ਹਾਂਜੀ ਬੁੜੇਵੇਂ ਉਹ ਕਿੰਨੀ ਪਾਉਂਦੇ ਬਾਜੀ ਫਿਰ ਉਹ ਬਸ ਅੰਦਾਜ਼ੇ ਨਾਲ ਅਸੀਂ ਤੋਲ ਕੇ ਤਾਂ ਦੇਖੋ ਪਾਉਂਦੇ ਨਹੀਂ ਜੀ ਤਸਲਾ ਪਾਉਂਦੇ ਭਜੋ ਕੇ ਪਾਉਂਦੇ ਓਕੇ ਹਾਂ ਤਸਲਾ ਪਾ ਦਨੇ ਐਡਾ ਸਾਰਾ ਤਸਲਾ ਠੀਕ ਆ ਨਾਲ ਛੋਲਿਆਂ ਚੂਰੀ ਜਾਰੀ ਉਹ ਜਿਹੜਾ ਛੋਲਿਆਂ ਦੀ ਚੂਰੀ ਆ ਤੇ ਛੋਲਿਆਂ ਦਾ ਛਿਲਕਾ ਆਪਾਂ ਦਾਣਾ ਜਿਹੜਾ ਰਲਾਉਨੇ ਆ ਉਹ ਅਸੀਂ ਅਲੱਗ ਅੱਛਾ ਉਹ ਉੱਪਰ ਸੁੱਕਾ ਪਾਉਂਦੇ ਹਾਂ ਹਾਂਜੀ ਹਾਂ ਉਹ ਸੁੱਕਾ ਹੀ ਪਾਉਂਦੇ ਚਲੋ ਠੀਕ ਹੈ ਜੀ ਬਸ ਦੇਖੋ ਜੀ ਬੜੇ ਸੰਭਾਲ ਕੇ ਰੱਖੇ ਵੀਰ ਨੇ ਪਸ਼ੂ ਜੀ ਇੱਕੋ ਝੋਟੀ ਸੇਲ ਆ ਜੀ ਬਿਲਕੁਲ ਜਾਇਜ਼ ਕੀਮਤ ਕੀਤੀ ਹੈ ਜੀ ਠੀਕ ਹੈ ਜੀ ਆਹ ਮੱਝ ਵੀਰ ਨੇ ਬਹੁਤ ਚੰਗੇ ਰਿਕਾਰਡ ਵਾਲੀ 20 ਕਿਲੋ ਦਾ ਲਗਭਗ ਹੈ ਜੀ ਤੇ ਆਹ ਕੱਟੀ ਆ ਗਈ ਜੀ ਕਿਹੜੇ ਆਪਣੇ ਸਿਕੰਦਰ ਦੀ ਜੀ ਸਿਕੰਦਰ ਦੀ ਉਹ ਆਹ 20 ਕਿਲੋ ਵਾਲੀ ਹੈ ਨਾ ਜੀ ਠੀਕ ਆ ਆਹ ਦੇਖੋ ਸਿਕੰਦਰ ਬਿਲਕੁਲ ਜੈੱਡ ਬਲੈਕ ਕੱਟੀ ਬੜੀ ਪਿੱਛੇ ਸੋਹਣੀ ਆਈ ਆ ਠੀਕ ਹੈ ਜੀ ਹਾਂਜੀ ਚਲੋ ਹੋਰ ਵੀਰ ਜੀ ਫਿਰ ਸਿਕੰਦਰ ਦੀ ਹੈ ਜੀ ਸਿਕੰਦਰ ਦੀ ਹੈ ਜੀ ਠੀਕ ਹੈ ਜੀ ਪਹਿਲੇ ਸੂਏ ਦੇ ਇਹਦੇ ਆਪਣਾ ਨਾਗ ਤੋਂ ਗੱਫਣ ਸੀਗੀ ਨਾਲ ਦੀ ਕੱਟੀ ਪਰਲੇ ਸਾਈਡ ਖੜੀ ਹੈ ਜੀ ਠੀਕ ਹੈ ਉਹ ਵੀ ਹੈਗੀ ਹੈ ਜੀ ਹਾਂਜੀ ਹਾਂ ਉਸੇ ਮੱਝ ਦੀ ਹੈ ਜੀ ਆ ਨਸਲ ਬਣ ਗਈ ਫਿਰ ਤੁਹਾਡੇ ਕੋਲ ਜੀ ਹਾਂਜੀ ਹੁਣ ਇਹ ਮੱਝ ਅਸੀਂ ਇਸੇ ਵਾਸਤੇ ਹੈ ਜੀ ਹੁਣ ਇਹਦੇ ਕੋਹੀ ਨੂਰ ਦਾ ਸੀਮਨ ਭਰਾ ਠੀਕ ਹੈ ਵੀਰ ਜੀ ਠੀਕ ਹੈ ਭਰਾਵਾਂਗੇ ਜਦੋਂ ਹੁਣ ਅਸੀਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਚਲੋ ਇਹ ਉਹ ਮੱਝ ਦਾ ਜੀ ਅੱਛਾ ਇਹ ਉਹ ਮੱਝ ਦਾ ਕੱਟਾ ਜਿਹੜਾ ਆਪਣਾ ਅੰਕੁਰ ਤੋਂ ਆਈ ਵੀ ਅੱਛਾ ਉਹ ਹੁੰਦਾ ਨਾ ਪਹਿਲੇ ਸੂਏ ਵਾਲੇ ਦਾ ਜਦੋਂ ਉਹਨਾਂ ਨੇ ਸਾਨੂੰ ਅਸੀਂ ਇਹਦਾ ਕਨਫਰਮ ਨਹੀਂ ਕਰ ਸਕਦੇ ਸਾਨੂੰ ਉਹਨਾਂ ਨੇ ਕਿਹਾ ਸਾਨੂੰ ਵੀ ਐਚਐਲਡੀ ਵੀ ਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਨੰਬਰ ਤੇ ਐਡਰੈਸ ਬੋਲ ਦਿਓ ਜੀ ਆਪਣਾ ਹੈ ਜੀ ਪਿੰਡ ਮੇਰਾ ਹੈਗਾ ਜੀ ਸੇਰਾ ਹਾਂਜੀ ਤੇ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 95305 ਹਾਂਜੀ 00577 ਇਸੇ ਤੇ ਮੇਰਾ WhatsApp ਵੀ ਚੱਲਦਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ